ਪਾਣੀ ਦੇਖੋ ਬਾਈ, ਚੈੱਕ ਕਰੋ। ਮੈਂ ਟੈਂਕੀ ਚ ਪਾ ਦੇਣਾ ਸਾਰਾ ਰੰਗ। ਬਹੁਤ ਜ਼ਿਆਦਾ ਗਾਲਾਂ ਪੈਣ ਵਾਲੀਆਂ ਆਪਣੇ ਮੂੰਹ ਦੇ ਗਾਉਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ। ਬਾਈ ਅੱਜ ਆਪਾਂ ਟੈਂਕੀ ਦੇ ਵਿੱਚ ਕਲਰ ਫੂਡ ਪਾਉਣ ਲੱਗੇ ਹਾਂ। ਟੈਂਕੀ ਦੇ ਵਿੱਚ ਰੰਗ ਪਾ ਦੇਣਾ ਅਤੇ ਜਦੋਂ ਘਰ ਦੇ ਟੂੜੀਆਂ ਛੱਡਣਗੇ ਤਾਂ ਉਹਦੇ ਵਿੱਚੋਂ ਬਾਈ ਰੰਗ ਵਾਲਾ ਪਾਣੀ ਨਿਕਲੂਗਾ ਅਤੇ ਦੇਖਾਂਗੇ ਉਹਨਾਂ ਦੇ ਰਿਐਕਸ਼ਨ ਕਿੱਦਾਂ ਦੇ ਹੁੰਦੇ ਆ। ਮੈਨੂੰ ਪਤਾ ਮੈਂ ਬਹੁਤ ਪੁੱਠਾ ਪੰਗਾ ਲੈਣ ਜਾ ਰਿਹਾ ਅੱਜ ਇਸ ਵੀਡੀਓ ਦੇ ਵਿੱਚ। ਤੁਸੀਂ ਬਸ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ। ਜਿਹਨੇ ਜਿਹਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ। ਇੱਦਾਂ ਦੇ ਘੈਂਟ ਘੈਂਟ ਪ੍ਰੈਂਕਸ ਵੇਖਣ ਲਈ ਆਪਾਂ ਪੁੱਠੇ ਪੁੱਠੇ ਪੰਗੇ ਇੱਦਾਂ ਦੇ ਲੈਂਦੇ ਹੀ ਰਹਿੰਦੇ ਹਾਂ। ਆਪਾਂ ਪਹਿਲਾਂ ਦੁਕਾਨ ਤੋਂ ਰੰਗ ਫੜਦੇ ਹਾਂ ਅਤੇ ਰੰਗ ਫਿਰ ਆਪਾਂ ਪਾਵਾਂਗੇ ਟੈਂਕੀ 'ਚ, ਉਦੋਂ ਬਾਅਦ ਦੇਖਾਂਗੇ ਘਰਦਿਆਂ ਦੇ ਰਿਐਕਸ਼ਨ। ਚਲੋ ਚੱਲੀਏ। ਟੈਂਕੀ 'ਚ ਪਾ ਦੇਣਾ ਆਪਾਂ ਇਹ ਰੰਗ ਅਤੇ ਘਰਦਿਆਂ ਨੂੰ ਜਦੋਂ ਟੂਟੀ 'ਚ ਲਾਉਣਗੇ ਰੰਗ ਲਾਲ ਲਾਲ ਆਊਗਾ। ਹਾਂਜੀ ਫਿਰ ਵੀਡੀਓ ਬਣਾ ਕੇ ਪਾ ਦੇਣੀ ਆ। ਹਾਂਜੀ ਤੁਹਾਨੂੰ ਭੇਜੂੰਗਾ ਮੈਂ ਬਣਾ ਕੇ। ਇਹ ਰੰਗ ਆਪਾਂ ਟੈਂਕੀ 'ਚ ਪਾ ਦੇਣਾ ਆ। ਬਸ ਠੀਕ ਆ। ਰੰਗ ਇੰਨਾ ਕੁ ਬਹੁਤ ਆ ਯਾਰ ਕਿ ਹੋਰ ਡੱਬੀਆਂ ਲੈ ਲਈਏ। ਬਹੁਤ ਆ ਨਹੀਂ ਟੈਂਕੀ ਚ ਪਾ ਕੇ ਇੰਨਾ ਕੁ ਯਾਰ ਰੰਗ ਕੱਢਣਾ ਡੱਬੀਆਂ ਹੋਰ ਲੈ ਲਈਏ ਹੈ ਨਾ ਯਾਰ ਇਹਦੇ ਨਾਲ ਦੀ ਹੈ ਨੀ। ਅੱਛਾ ਯੈਲੋ ਕਲਰ ਆ। ਚਲੋ ਚਲੋ ਰਹਿਣ ਦੋ ਫਿਰ ਆਪਾਂ ਕਿਤੇ ਹੋਰ ਦੇਖ ਲੈਣਾ। ਨਹੀਂ ਤਾਂ ਮੈਂ ਪੰਗੇ ਪੁੰਗੇ ਲੈ ਕੇ ਮੈਂ ਪਿੱਛੇ ਹੋ ਜਾਂਦਾ ਇਹਦੇ ਪੈ ਜਾਂਦੀਆਂ। ਪੁੱਟ ਬਾਹਲੀ ਜ਼ਿਆਦਾ ਪੈਣ ਵਾਲੀ ਆ ਆਪਣੇ, ਕਿਉਂਕਿ ਕੰਮ ਹੀ ਆਪਾਂ ਇਹੋ ਜਿਹਾ ਕਰਨ ਲੱਗੇ ਹਾਂ ਅੱਜ ਪੁੱਠਾ। ਬਾਅਦ 'ਚ ਟੂੜੀਆਂ ਚਲਾਉਣਗੇ ਵਿੱਚੋਂ ਲਾਲ ਲਾਲ ਪਾਣੀ ਆਊਗਾ, ਹਰ ਨਜ਼ਾਰਾ ਹੀ ਆ ਜਾਣਾ ਧਰਮ ਨਾਲ। ਮੈਂ ਟੈਂਕੀ 'ਚ ਪਾ ਦੇਣਾ ਸਾਰਾ ਰੰਗ, ਲਾਲ ਲਾਲ ਪਾਣੀ ਨਿਕਲੂ ਫਿਰ ਘਰਦੇ ਮੈਨੂੰ ਬੋਲਣਗੇ ਫਿਰ ਮਜ਼ਾ ਆਊਗਾ। ਹਾਂਜੀ ਹਾਂਜੀ ਉਹ ਪੈਸੇ ਦਿੱਤੇ ਨਹੀਂ ਹੈ ਫੜ ਯਾਰ, ਪੈਸੇ ਭੁੱਲੇ ਜਾਂਦੇ ਯਾਰ ਵੀਡੀਓ ਦੇ ਚੱਕਰ 'ਚ, ਪੈਸੇ ਭੁੱਲੇ ਜਾਂਦੇ ਆ। ਹਾਲੋ ਹੋਰ ਹੈਗੇ ਰੰਗ ਹੋਰ ਦੇਖ ਲਓ ਜੀ ਹੈਗੇ। ਠੀਕ ਆ ਚਲੋ ਕੋਈ ਗੱਲ ਨਹੀਂ। ਇਹਨੇ ਕਿਹਨਾਂ ਸਰ ਜੂਗਾ ਯਾਰ, ਤੋ ਰੱਬ ਜਾਣਦਾ ਹੈ। ਹਾਥੀ ਲਿਬੜ ਗਏ ਬਾਈ ਦਹਾਈ ਓ, ਐਡੀ ਤਾਂ ਇਹ ਗੱਲ ਹੈ ਹੀ ਨਹੀਂ ਸੀ। ਚਲੋ ਵੀ ਹੁਣ ਆਪਾਂ ਸਾਰੇ ਰੰਗ ਜਿਹੜੇ ਖੋਲਣ ਲੱਗੇ ਆ ਹੌਲੀ ਹੌਲੀ ਇੱਕ ਇੱਕ ਕਰਕੇ ਆ ਪਲੇਟ 'ਚ ਪਾਉਂਦੇ ਆ ਬਾਈ, ਉੱਤੇ ਜਾ ਕੇ ਫਿਰ ਆਪਾਂ ਟੈਂਕੀ 'ਚ ਪਾ ਦੇਣਾ ਸਾਰਾ ਰੰਗ। ਚਲੋ ਬਾਈ ਇਹ ਤਾਂ ਲਾਲ ਮਿਰਚ ਲੱਗ ਰਹੀ ਹੈ ਬਾਈ, ਮਿਰਚ ਤਾਂ ਨਹੀਂ ਪਤਾ ਚੱਕ ਕੇ ਦੇਖ ਲੈ ਇਹਨੂੰ। ਘਰੇ ਕਿਸੇ ਨੂੰ ਨਹੀਂ ਪਤਾ ਸੀ ਇਹ ਪੰਗੇ ਲੈਣ ਲੱਗੇ ਆ। ਰਿਐਕਸ਼ਨ ਦੇਖਾਂਗੇ, ਮੈਂ ਤਾਂ ਭੱਜ ਜਾਣਾ ਬਾਈ, ਇਹਨੂੰ ਮੈਂ ਕੁੰਡਾ ਲਾ ਦੇਣਾ। ਕੁੰਡਾ ਕੁੰਡਾ ਲਾ ਦੇਣਾ ਮੂੰਹ ਦੇ ਗਾਉਂਦਾ ਚੀਜ਼ੇ 'ਚ ਜਾ ਆ ਕੀ ਕਰਾ ਲਿਆ ਓਏ। ਮਤਲਬ ਇੰਨਾ ਕੁ ਰੰਗ ਵੀ ਬਹੁਤ ਫਰਕ ਪਾ ਦਿੰਦਾ ਵਾ। ਆਪਾਂ ਰੰਗ ਸਾਰਾ ਘੋਲਣ ਲੱਗੇ ਆ ਬਾਈ, ਇਹ ਤਾਂ ਲੈ ਹੀ ਨਹੀਂ ਰਿਹਾ। ਲੈ ਐ ਖੁੱਲਣਾ ਨਹੀਂ, ਖੁੱਲਦਾ ਹੀ ਨਹੀਂ, ਐ ਵੀ ਖੁੱਲਦਾ ਓਏ। ਮੈਂ ਬਹੁਤ ਕੋਸ਼ਿਸ਼ਾਂ ਕਰ ਰਹੀ ਆ ਐ ਚੱਕਣਾ। ਆ ਚੱਕ ਖੋਲਦਾ ਬਾਈ ਰੰਗ ਆਪਾਂ, ਪਰ ਰੰਗੇ 'ਚ ਸਾਰਾ ਪਾਉਣ ਲੱਗੇ ਆ। ਆ ਦੇਖੋ ਬਾਈ ਇਹ ਕੰਮ ਨੂੰ ਸ਼ਬੀਲ ਬਣਾ ਕੇ ਦਿੱਤੀ ਹੈ, ਕੰਮ ਪੀਲਾ ਓਏ। ਬਾਈ ਫਿਲਟਰ 'ਚ ਪਾਣੀ ਭਰ ਸਕਦਾ ਆ ਗੰਦਾ, ਤਾਂ ਕਰਕੇ ਹੁਣ ਆਪਾਂ ਐਂ ਕਰਦੇ ਹਾਂ ਫਿਲਟਰ ਦੀ ਜਿਹੜੀ ਤਾਰ ਆ ਉਹ ਲਾ ਦਿੰਦੇ ਹਾਂ ਅਤੇ ਫਿਰ ਜਾ ਕੇ ਰੰਗ ਪਾਉਂਦੇ ਹਾਂ ਉਹਦੇ 'ਚ। ਚੱਕੋ ਬਾਈ ਆਪਾਂ ਲਾ ਤੀ ਤਾਰ। ਚਲੋ ਵੀ ਹੁਣ ਆਪਾਂ ਟੈਂਕੀ ਨੂੰ ਖੋਲ੍ਹਣ ਲੱਗੇ ਹਾਂ, ਹੁਣ ਉਹਦੇ 'ਚ ਪਾਉਂਦੇ ਹਾਂ ਰੰਗ। ਠੀਕ ਆ ਵੀ ਹੁਣ ਆਪਾਂ ਰੰਗ ਪਾਉਣ ਲੱਗੇ ਹਾਂ। ਟੈਂਕੀ ਸਾਫ਼ ਕਰਨ ਵਾਲੀ ਆ ਅਤੇ ਤੁਸੀਂ ਦੇਖ ਲਓ ਪਾਣੀ ਜਮ੍ਹਾਂ ਸਾਫ਼ ਸੀਗਾ ਪਹਿਲਾਂ ਅਤੇ ਹੁਣ ਪਾਣੀ ਦੇਖੋ ਬਾਈ ਚੈੱਕ ਕਰੋ। ਓਏ ਦੇਖ ਇੱਧਰ ਪਾਣੀ ਥੱਲੇ ਚੈਨਲ ਦੇਖਦਾ ਨਹੀਂ ਬਾਈ, ਬਹੁਤ ਜ਼ਿਆਦਾ ਗਾਲਾਂ ਪੈਣ ਵਾਲੀਆਂ ਆਪਣੇ ਅਤੇ ਬਾਈ ਹੁਣ ਥੱਲੇ ਟੂਟੀਆਂ ਦੇ ਵਿੱਚੋਂ ਲਾਲ ਰੰਗ ਦਾ ਪਾਣੀ ਆਊਗਾ ਜਿਹੜਾ ਵੀ ਕੋਈ ਪਾਣੀ ਚਲਾਊਗਾ। ਲਾਲ ਪਾਣੀ ਬਾਈ ਦੇਖੋ ਚੈੱਕ ਕਰੋ, ਗਰਮੀ ਬਾਹਲੀ ਆ ਤਾਂ ਕਰਕੇ ਫੋਨ ਬੰਦ ਹੋ ਜਾਂਦਾ। ਤੁਸੀਂ ਦੇਖੋ ਬਾਈ ਲਾਲ ਪਾਣੀ ਆ ਜਮਾਂ ਅਤੇ ਹੁਣ ਚੱਲਦਿਆਂ ਥੱਲੇ ਬਾਈ ਦੇਖੋ ਇੰਨਾ ਕੁਛ ਕੀਤਾ ਯਾਰ। ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਜਾਂ ਸਬਸਕ੍ਰਾਈਬ ਕਰ ਲਓ, ਬਸ ਇਹੀ ਤੁਹਾਡੇ ਭਰਾ ਵੱਲੋਂ ਰਿਕੁਐਸਟ ਆ ਇੱਕ। ਅਤੇ ਚਲੋ ਹੁਣ ਬਹੁਤ ਗਾਲਾਂ ਪੈਣੀਆਂ ਆਪਣੇ, ਥੱਲੇ ਚੱਲ ਕੇ ਦੇਖਦੇ ਹਾਂ ਮਾਹੌਲ ਚੱਲ ਕੀ ਆ। ਹੈਂ
ਦੇਖ ਨਹੀਂ ਰਿਹਾ ਵਿਚਾਰੇ ਨੂੰ ਉਹਨੇ ਦੇਖਣਾ ਵਾ ਲਾਈਵ ਕਿਵੇਂ ਲੱਗਦਾ ਪਾਣੀ। ਜਮਾਂ ਸਾਫ਼ ਸੀਗਾ ਬਾਈ, ਨਾਲੇ ਆਪਣੇ ਕੋਲ ਬਹਾਨਾ ਵੀ ਹੈਗਾ ਵਾ ਕਿ ਪਾਣੀ ਬਹੁਤ ਗੰਦਾ ਸੀਗਾ, ਟੈਂਕੀ ਸਾਫ਼ ਕਰਨ ਵਾਲੀ ਹੋਈ ਸੀਗੀ, ਅਸੀਂ ਸੋਚਿਆ ਵੀ ਇੱਕ ਪ੍ਰੈਕ ਬਣਾ ਲੈਂਦੇ ਹਾਂ ਅਤੇ ਨਾਲੇ ਟੈਂਕੀ ਸਾਫ਼ ਕਰਵਾ ਲਾਂਗੇ ਹੈ ਨਾ ਬਹਾਨੇ ਨਾਲ। ਅਤੇ ਚਲੋ ਬਾਈ ਆਪਾਂ ਆਪ ਕਰਾਂਗੇ ਸਾਫ਼, ਅਤੇ ਬਾਕੀ ਵੀਡੀਓ ਜੇ ਆ ਗਈ ਸਮਝ ਲਓ ਅਸੀਂ ਆਪ ਕੀਤੀ ਆ, ਜੇ ਨਾ ਆਈ ਵੀਡੀਓ ਫਿਰ ਸਮਝ ਲਓ ਕਿਸੇ ਤੋਂ ਕਰਾਈ ਆ। ਅਤੇ ਚਲੋ ਚੱਲਦੇ ਹਾਂ ਹੁਣ ਥੱਲੇ ਦੇਖਦੇ ਹਾਂ ਮਾਹੌਲ ਚੱਲ ਕੀ ਆ। ਬਾਈ ਲਾਲ ਲਾਲ ਪਾਣੀ ਆ ਗਿਆ ਨਾ, ਸ਼ਰਾਬ ਹੁੰਦੀ ਆ ਨਾ ਬਾਈ, ਹੁਣ ਦੇ ਕਰ ਕਹਿੰਦੇ ਘਰਦਿਆਂ ਨੂੰ ਜਾ ਕੇ ਆਪਾਂ ਕਹੀਏ ਬਾਈ ਪਾਣੀ ਦੇਖੋ ਇੱਧਰ ਉਰੇ ਆ ਪਾਣੀ ਦਿਖਾ। ਬਾਈ ਆਪਾਂ ਟੈਂਕੀ 'ਚ ਰੰਗ ਪਾ ਤਾ, ਹੁਣ ਘਰਦਿਆਂ ਨੂੰ ਕਹਿੰਦੇ ਆ ਜਾ ਕੇ ਵੀ ਆਹ ਦੇਖੋ ਪਾਣੀ ਕਿੱਦਾਂ ਦਾ ਆਈ ਜਾਂਦਾ। ਭਾਂਡਾ ਤਾਂ ਕੋਈ ਵੀ ਨਹੀਂ ਮਾਂਜਣ ਵਾਲਾ, ਪਸੀਨਾ ਬਹੁਤ ਹੈਗਾ, ਗਰਮੀ ਬਹੁਤ ਜ਼ਿਆਦਾ ਵਾ, ਮੈਨੂੰ ਆਪ ਨੂੰ ਪਾਣੀ ਦੀ ਲੋੜ ਆ, ਹੁਣ ਪਾਣੀ ਗੰਦਾ ਹੋ ਚੁੱਕਿਆ ਹੈ ਸਾਰਾ। ਹੁਣ ਕੋਈ ਬਹਾਨਾ ਹੈ ਨਹੀਂ ਗਾ ਵੀ ਘਰਦਿਆਂ ਨੂੰ ਕਿਵੇਂ ਕਹੀਏ ਹੈ ਨਾ ਵੀ ਵੀ ਭਾਂਡੇ ਧੋ ਲਓ ਇਹਨਾਂ ਨੂੰ। ਬਾਈ ਹੁਣ ਕੋਈ ਤਾਂ ਬਹਾਨਾ ਲਾਉਣਾ ਹੀ ਪੈਣਾ ਬਈ ਵੀ ਪਾਣੀ ਕੋਲ ਆਉਣ, ਪਾਣੀ ਨੂੰ ਚੈੱਕ ਕਰ ਰੋਟੀ ਖੋਲ੍ਹ ਕੇ, ਅਤੇ ਹੁਣ ਆਪਾਂ ਐਂ ਕਰਦੇ ਹਾਂ ਮੈਂ ਨਾ ਜੱਗ ਲਪੇਟ ਦਿੰਦਾ ਸ਼ੇਕ ਵਾਲਾ ਜੂਸ ਵਾਲਾ ਜਿਹੜਾ ਹੁੰਦਾ ਵਾ ਉਹ ਲਪੇਟ ਦਿੰਦਾ, ਮੰਮੀ ਨੂੰ ਕਹੂੰਗਾ ਮੰਮੀ ਜੂਸ ਬਣਾ ਦਿਓ ਮੈਨੂੰ ਹੈ ਨਾ, ਮੰਮੀ ਆ ਕੇ ਫਿਰ ਜੱਗ ਨੂੰ ਧੋਣਗੇ ਹੀ ਪਹਿਲਾਂ ਸ਼ੇਕ ਬਣਾਉਣ ਲਈ, ਫਿਰ ਦੇਖਣਗੇ ਰੰਗ ਕਿਹੋ ਜਿਹਾ ਹੋ ਗਿਆ ਪਾਣੀ ਦਾ। ਬਾਈ ਰਿਐਕਸ਼ਨ ਪਾਲੇ ਘਰ ਹੋਣ ਵਾਲਿਆ, ਹੁਣ ਚਲੋ ਆਪਾਂ ਜੱਗ ਨੂੰ ਹੁਣ ਲਪੇਟਦੇ ਹਾਂ ਠੀਕ ਆ, ਘਰਦਿਆਂ ਨੂੰ ਲੱਗੇ ਵੀ ਹਾਂ ਲਿਬੜਿਆ ਹੋਇਆ ਜੱਗ ਧੋ ਦਈਏ ਨਾ, ਰੱਖ ਦਿੰਦੇ ਹਾਂ। ਮੰਮੀ ਸ਼ੇਕ ਬਣਾ ਦਿਓ ਮੈਨੂੰ, ਹਾਂਜੀ ਫੇਲ ਹੋ ਗਿਆ ਕੰਮ, ਫੇਲ ਹੋ ਗਿਆ। ਹਾਂ ਫੇਲ ਹੋ ਗਿਆ, ਕੋਈ ਹੋਰ ਤਰੀਕਾ ਅਪਣਾਉਣਾ ਪੈਣਾ ਕੰਮ। ਪਾਣੀ ਹਜੇ ਤੱਕ ਨਹੀਂ ਆਇਆ, ਕੋਈ ਹੋਰ ਤਰੀਕਾ ਅਪਣਾਉਣਾ ਪੈਣਾ ਵੇ, ਚੱਲ ਆ ਜਾ ਭੱਜ ਆ। ਬਾਈ ਹੁਣ ਪਾਣੀ ਲਾ ਲਾਉਣ ਲੱਗ ਗਿਆ, ਹੁਣ ਆਪਾਂ ਹੋਰ ਦਿਮਾਗ ਲਾਉਂਦੇ ਹਾਂ ਕੋਈ। ਦਾਦੀ ਜੀ ਹੁਣਾਂ ਕੋਲ ਆ ਗਏ ਆਪਾਂ, ਬੀਬੀ ਪਤਾ ਕੀ ਆ ਮੈਂ ਨਾ ਰੰਗ ਘੋਲਤਾ ਟੈਂਕੀ 'ਚ ਹੋਲੀ ਵਾਲਾ, ਸੱਚੀ ਘੋਲਤਾ ਮੈਂ ਰੰਗ ਟੈਂਕੀ 'ਚ, ਅਤੇ ਮੈਂ ਪਤਾ ਕਰਦਾ ਹੁਣ ਨਾ ਮੰਮੀ ਨੂੰ ਇੱਥੇ ਬੁਲਾਉਂਦਾ, ਅਤੇ ਮੰਮੀ ਨੂੰ ਤੁਸੀਂ ਕਿਹੋ ਵੀ ਹੈ ਨਾ ਚਾਹ ਬਣਾ ਦੇ। ਬਾਈ ਆਪਾਂ ਉਹ ਚੱਕ ਚੱਕ ਸਾਰਾ ਸਮਾਨ ਚੱਕ, ਛੇਤੀ ਚੱਕ, ਛੇਤੀ ਛੇਤੀ ਬਸ ਠੀਕ ਆ ਬੀਬੀ, ਚਾਹ ਬਣਾ ਦੋ ਮੈਨੂੰ ਮਾੜੀ। ਆ ਜਾ ਕੰਮ ਗੇਮ ਖੇਡੀ ਓਏ, ਕੀ ਹੋ ਗਿਆ ਪਾਗਲ ਟੈਂਕੀ ਚ ਰੰਗ ਪਾਤਾ। ਸੋਰੀ ਯਾਰ ਮੰਮੀ, ਕੋਈ ਸੋਰੀ ਨਹੀਂ, ਕਿਹੜੀ ਗੱਲ, ਪਾਣੀ ਵਰਤਣਾ ਕਿਵੇਂ ਹੋਣਾ ਜੀ, ਜੋ ਮਰਜ਼ੀ ਕਰੋ ਮੈਨੂੰ ਕੀ ਆ। ਟੂਟੀਆਂ ਖਰਾਬ ਹੋ ਜਾਣੀਆਂ ਸਾਰੀਆਂ, ਟੂਟੀਆਂ ਹੋਲੀ ਪਾਈ ਆ ਫਿਰ ਕੀ ਆ, ਰੰਗ ਜੰਮ ਜਾਣ ਟੂਟੀਆਂ, ਫਿਲਟਰ ਵੀ ਜੰਮ ਜਾਣਾ।
ਫਿਲਟਰ ਤੇ ਰੰਗ ਜਾਮੇ ਆ ਨਾ ਫਿਲਟਰ ਦਾ ਤਾਰ ਲਾਤੀ ਸੀ ਨਹੀਂ ਇੰਜ ਟੂਟੀਆਂ ਨੇ ਸ਼ੁਕਰ ਹੈ ਬੰਦ ਕਰਤਾ ਪਾਗਲ ਚੁੱਪ ਰਹਿ ਓਏ ਕੋਈ ਨਾ ਟੈਂਕੀ ਤੇ ਨਹੀਂ ਧੋਣੀ ਪੈਣੀ ਵੇਖੀ ਤੇਰੇ ਚਪੇੜਾ ਠੁਕਦੀਆਂ ਮੇਰੀ ਗੱਲ ਸੁਣੋ ਹੁਣ ਹਰਸ਼ ਨੂੰ ਤੁਸੀਂ ਪਤਾ ਹੀ ਕਰਿਓ ਤੁਸੀਂ ਹਰਸ਼ ਕੋਲ ਜਾਇਓ ਸਾਰੀ ਫੁੱਲ ਭਰ ਕੇ ਨਹੀਂ ਮਜ਼ਾਕ ਕਰਦਾ ਅੱਧੀ ਹੋਈ ਆ ਮੇਰੀ ਗੱਲ ਸੁਣੋ ਉਹ ਵੈਸੇ ਵੀ ਨਾ ਧੋਣ ਵਾਲੀ ਹੋਈ ਆ ਟੈਂਕੀ ਤੇ ਧੋਣ ਵਾਲੀ ਵੀ ਸੀਗੀ ਹਨਾ ਗੰਦੀ ਹੋਈ ਪਈ ਸੀਗੀ ਮੇਰੇ ਖਿਆਲ 6 ਕੁ ਮਹੀਨੇ ਹੋ ਗਏ ਹੁਣੇ ਆਪਾਂ ਸਾਫ਼ ਕਰਾਈ ਨੂੰ ਤੇ ਨਾਲੇ ਸਾਫ਼ ਕਰਨ ਵਾਲੀ ਸੀ ਨਾਲੇ ਮੈਂ ਕਿਹਾ ਪ੍ਰੈਂਕ ਕਰ ਲੈਂਦਾ ਤੇ ਹੁਣ ਤੁਸੀਂ ਹਰਸ਼ ਨੂੰ ਕਿਹੋ ਠੀਕ ਆ ਵੀ ਆਹ ਦੇਖੋ ਕੀ ਕੀਤਾ ਇਹਨੇ ਕੰਮ ਹੋਲੀ ਪਾਤੀ ਟੈਂਕੀ ਪੀ ਲੋ ਆਹੀ ਪੀ ਲੋ ਕੋਈ ਚੱਕਰ ਨੀ ਬੰਦ ਕਰਤਾ ਉਹਦਾ ਆਰੋ ਦੀ ਤਾਰ ਲਾਤੀ ਪਾਗਲ ਆ ਯਾਰ ਵੀਰੇ ਆਹ ਕੰਮ ਦਾ ਛੱਡਦੇ ਯਾਰ ਕੰਮ ਸੇ ਕੰਮ ਆ ਖੂਨੋ ਖੂਨ ਕੇ ਇੱਕ ਤਰ੍ਹਾਂ ਦਾ ਪਤਾ ਤੁਸੀਂ ਕੀ ਕਹਿੰਦੇ ਰੰਗ ਆ ਖੂਨ ਜਿਹਾ ਬਣਾਉਣਾ ਚਾਹੁੰਦਾ ਹੀ ਅਸਲ ਚ ਬਣਿਆ ਨੀ ਉਹ ਹਨਾ ਨਹੀਂ ਨਹੀਂ ਕੈਰੀ ਭੋਰਦਾ ਹੁਣ ਇਹ ਭੋਰੀ ਜਾਂਦਾ ਉਹ ਮਿੱਟੀ ਪਾਈ ਆ ਮਿੱਟੀ ਚ ਮਿੱਟੀ ਰੰਗ ਘੋਲ ਕੇ ਨਾ ਹੋਲੀ ਵਾਲਾ ਐਵੇਂ ਸੱਚ ਦੱਸਣ ਲੱਗਿਆ ਸੀਗਾ ਚੱਲ ਮੈਂ ਹੀ ਦੱਸਦਾ ਚੱਲ ਤੈਨੂੰ ਹੁਣ ਕੋਈ ਨੀ ਕਰਾ ਕਰਵਾ ਲਾਂਗੇ ਠੀਕ ਆ ਫਿਰ ਕੀ ਉਹਨੂੰ ਪਲੰਬਰ ਨੂੰ ਸੱਦ ਲਾਂਗੇ ਮੈਂ ਕਿਵੇਂ ਕਰਾਂ ਨਾਲ ਆ ਮੇਰੇ ਸਾਫ ਕਰਾ ਕੇ ਨਾਲ ਕਰਾ ਬਾਈ ਬਈ ਦੇਖੀ ਮੈਂ ਬਾਈ ਰੰਗ ਮੈਂ ਘੋਲਿਆ ਨਾ ਫਿਰ ਫਰਜ਼ ਮੰਨਣਾ ਭਰਾ ਹੋਣ ਦੇ ਨਾਤੇ ਸਾਫ਼ ਕਰਾਵੇ ਨਾਲ ਰਲ ਕੇ ਬਾਈ ਬੀਬੀ ਚਾਹ ਬਣਾ ਦੋ ਹੈ ਨਾ ਮੰਮੀ ਨੂੰ ਮੰਮੀ ਕਹਿੰਦੇ ਪਾਣੀ ਨੀ ਚੰਗਾ ਬੀਬੀ ਕਹਿੰਦੀ ਫੜ ਫੜ ਕਰਦੀ ਆ ਤੂੰ ਇਸੇ ਤਰ੍ਹਾਂ ਚਾਹ ਨੀ ਬਣਾ ਕੇ ਦੇਣੀ ਮਤਲਬ ਗਲੋ ਮਤਲਬ ਪਸੀਨਾ ਜਾਇਆ ਹੋਇਆ ਵਾ ਮੈਂ ਕਿਹਾ ਮੂੰਹ ਧੋ ਲੋ ਉਲਟੀ ਕਰਤੀ ਹੋਲੀ ਪਾਤੀ
ਮਿੱਟੀ ਚ ਮਿਕਸ ਕਰਕੇ ਹੁਣ ਹੌਲੀ ਥੱਲੇ ਲੱਗੀ ਰਹਿਣੀ ਆ ਫਿਰ ਉਹ ਸਾਬ ਮੈਂ ਕਿਹਾ ਪਤਕਾਰੀ ਭਰਾਵਾ ਪਤਕਾਰੀ ਆਮ ਕਰ ਦਿੰਦੀ ਇਹਨੂੰ ਅੰਦਰ ਵੜਨਾ ਤੇ ਏਡੀ ਟੈਂਕੀ ਵਿੱਚ ਕਿਵੇਂ ਸਾਫ ਕਰਾਂਗੇ ਵਿੱਚ ਵੜ ਵੜ ਕੇ ਉਹ ਮੇਰੀ ਗੱਲ ਸੁਣੋ ਮਜ਼ਾਕ ਕਰਦਾ ਜਿਹੜਾ ਜਾਮਣਾ ਲੰਘ ਨਹੀਂ ਹੁੰਦਾ ਉਹ ਘੁਲ ਜਾਂਦਾ ਹੁੰਦਾ ਉਹ ਥੱਲੇ ਨਹੀਂ ਬੈਠਦਾ ਹੁੰਦਾ ਮੈਂ ਪਹਿਲਾਂ ਸਾਰਾ ਕੁਝ ਪਤਾ ਕੀਤਾ ਪਹਿਲਾਂ ਸਾਨੂੰ ਟੈਂਕੀ ਖਾਲੀ ਕਰਨੀ ਪਊ ਫਿਰ ਅਸੀਂ ਦੂਜਾ ਪਾਣੀ ਵਰਤਾਂਗੇ ਨਾ ਚਲੋ ਬਾਈ ਪਾਣੀ ਵੇਸਟ ਕੀਤਾ ਪਤਾ ਕੀ ਮੇਰੀ ਗੱਲ ਸੁਣੋ ਵੀ ਉਹ ਪਿਓਰੀਫਾਈ ਵਿੱਚ ਪਾਵਾਂਗੇ ਉਹ ਤੇ ਨਹੀਂ ਜਾਊਗਾ ਨਹੀਂ ਵੈਸੇ ਵੀ ਨਾ ਉਹ ਸਾਫ ਕਰਨ ਵਾਲੀ ਸੀ ਟੈਂਕੀ ਗੰਦੀ ਹੋਈ ਪਈ ਸੀਗੀ ਮੈਂ ਕਿਹਾ ਸੋਚਣ ਵਾਲੇ ਮੈਂ ਪ੍ਰੈਂਕ ਕਰ ਲੈਣਾ ਨਾਲੇ ਸਾਫ ਕਰ ਦੂੰਗਾ ਟੈਂਕੀ ਚੱਲ ਠੀਕ ਆ ਪ੍ਰੈਂਕ ਕਰੀ ਲੌਕ ਐਂਡ ਨਾ ਕਰੀ ਹਾਂ ਸਾਫ ਸੂਦਾ ਹੀ ਵਿੱਚ ਸਾਫ ਵੀ ਕਰੀ ਨਾਲੇ ਇਹ ਕਹਿੰਦਾ ਤੁਸੀਂ ਕਰਾਓਗੇ ਮੇਰੇ ਨਾਲ ਬੱਸ ਬੇਟਾ ਵੀ ਮਾਰੋ ਤੁਸੀਂ ਚੱਲੇ ਆ ਲੈ ਬਾਈ ਕੱਪੜੇ ਲਾਓ ਐ ਯੈਂਕੀ ਸ਼ੈਂਕੀ ਬਣੇ ਫਿਰਦੇ ਆ ਮਾਰੋ ਮੇਰੇ ਦਾ ਮਾਰਾ ਕਿ ਮੰਮੀ ਦੇਖੀ ਕੀ ਮੰਮੀ ਮਾਰ ਓ ਦੇ ਮੰਮੀ ਪੁੱਤ ਕਬੁੱਤ ਹੋ ਗਏ ਤਾਈ ਹੁੰਦੀ ਐ ਤਾਈ ਉਹ ਦੁਨੀਆ ਵਾਲਿਓ ਇੱਕ ਇੱਕ ਕੁਣੀ ਤੇਰੇ ਵੱਜ ਗਈ ਪਤਾ ਤੂੰ ਸਾਰੇ ਪ੍ਰੈਂਕ ਭੁੱਲ ਜਾਏਗਾ ਸਹੀ ਗੱਲ ਆ ਪਰ ਰਹਿੰਦੇ ਫਿਰ ਯਾਰ ਪ੍ਰੈਂਕ ਵੀ ਵੰਡ ਕੇ ਬਾਈ ਰਹਿੰਦੇ ਵੀ ਦਿਮਾਗ ਤੇ ਹੋ ਜਾਈ ਪੁੱਤਰ ਪੈਸੇ ਕਮਾ ਕੇ ਦਊਂ ਪੈਸੇ ਨਿੱਕੇ ਹੁੰਦੇ ਪਤਾ ਕੀ ਹੁੰਦਾ ਸੀਗਾ ਨਿੱਕੇ ਦੀ ਗੱਲ ਸੁਣਾ ਜਿਵੇਂ ਨਿੱਕੇ ਦੇ ਮਾਰੇ ਰਹਿੰਦੇ ਮੈਂ ਏਦਾਂ ਮਾਰ ਦੇਣਾ ਮਾਰੀ ਗੱਲ ਇੱਥੇ ਮਾਰਤਾ ਇਹਨੇ ਥੋੜੀ ਕਹਿਣਾ ਵੀ ਮੇਰੇ ਮੂੰਹ ਤੇ ਮਾਰਤਾ ਸਿਰ ਤੇ ਮੇਰੇ ਦਿਮਾਗ ਤੇ ਮਾਰਤਾ ਮੇਰਾ ਦਿਮਾਗ ਹਿੱਲ ਗਿਆ ਜੇ ਮਨ ਦੇ ਇੱਥੇ ਮਾਰਿਆ ਮੈਂ ਇਹ ਥੋੜੀ ਕਹਿਣਾ ਵੀ ਮੇਰੇ ਸਾਥੀ ਦੇ ਮਾਰਾ ਦਿਲ ਤੇ ਮਾਰਿਆ ਵੀਰੋ ਤਕੜਾ ਜਿਹਾ ਨਾ ਪੂਰਾ ਅੰਗ ਵੀ ਪ੍ਰਭਾਵ ਜਿਹਾ ਪਵੇ ਘਰਦਿਆਂ ਦੇ ਘਰਦਿਆਂ ਨੂੰ ਵੀ ਇਹਦੇ ਛਿੱਤਰ ਪੂਰਾ ਪ੍ਰਬੰਧ ਹੋਵੇ ਕੁਛ ਵੀ ਕਹਿ ਦੇਣਾ ਮਨ ਕੀ ਤੜਾ ਮੈਂ ਇੱਥੇ ਮਾਰਤਾ ਹਾਏ ਮੈਂ ਨੱਕ ਦੇ ਅੰਦਰ ਹੋਏ ਮੇਰੇ ਇਹ ਸ਼ੁਕਰ ਹੈ ਲਹੂ ਗੇੜ ਪ੍ਰਣਾਲੀ ਦੇ ਮਾਰ ਪਾਚਨ ਤੰਤਰ ਪ੍ਰਣਾਲੀ ਬਲੌਕ ਕਰਤੀ ਚਲੋ ਬਾਈ ਇਹ ਸੀ ਆਪਣਾ ਅੱਜ ਦਾ ਵਲੌਗ ਵਲੌਗ ਦੱਸੋ ਕਿਦਾਂ ਲੱਗਿਆ ਉਹ ਕਰਾ ਲਾਂਗੇ ਕਰਾ ਵੀ ਕਰਦੇ ਆ ਕਰਦੀ ਫਿਰ ਸਾਫ ਚਲੋ ਬਾਈ ਸਾਫ ਕਰਦੇ ਹੁਣ ਟੈਂਕੀ ਲਾਇਓ ਫੋਨ ਅੰਕਲ ਨੂੰ ਫੋਨ ਲਾਈ ਹੋਏ ਮਾੜਾ ਜਿਹਾ ਕਰ ਦੇਣਗੇ ਸਾਫ ਉਹ ਸੱਚੀ ਲਾਉਣ ਲੱਗਿਆ ਆਪਾਂ ਨੂੰ ਹੀ ਕਰਨੀ ਪੈਣੀ ਆ ਮਜ਼ਦੂਰ ਸੱਦ ਲੂ 200 ਦੀ ਕੁੰਡੀ ਮਾਰ ਲੂ ਅੱਛਾ ਬਹੁਤ ਤੇਜ਼ ਹੋ ਰਹੇ ਹੈ ਮਜ਼ਦੂਰ ਮਤਲਬ ਮੈਨੂੰ ਸੱਦੇਗਾ 200 ਰੁਪਏ ਦੇ ਕੇ ਚਲੋ ਬਈ ਸਾਰੀਆਂ ਟੂੜੀਆਂ ਦੇ ਆਪਾਂ ਪਾਣੀ ਕੱਢਦੇ ਹਾਂ ਹੁਣ ਤੇ ਫਿਰ ਚੱਲ ਕੇ ਟੈਂਕੀ ਨੂੰ ਸਾਫ ਕਰਦੇ ਹਾਂ ਓਏ ਇੰਨਾ ਗੰਦਾ ਸ਼ੀਸ਼ਾ ਓ ਭਾਈ ਸਾਹਿਬ ਕੀ ਬਣ ਗਿਆ ਮੈਂ ਕਿਹਾ ਕੀ ਬਣ ਗਿਆ ਲੋਕਾਂ ਦੇ ਆਉਂਦਾ ਉਹ ਟੂੜੀਆਂ ਚੋਂ ਪਾਣੀ ਸਾਡੇ ਬਾਈ ਰੈੱਡ ਬੁੱਲ ਆਉਂਦੀ ਰੈੱਡ ਬੁੱਲ ਕੰਪਨੀ ਨੇ ਸੋਚਿਆ ਨਹੀਂ ਸੀ ਕਿ ਆਹ ਚੀਜ਼ਾਂ ਕਰਨਗੇ ਮੇਰੇ ਉਹ ਜਿਨ੍ਹਾਂ ਨੇ ਚਾਵਲਾਂ ਦਾ ਰੰਗ ਬਣਾਇਆ ਉਹ ਕਹਿੰਦੇ ਹੋਣਗੇ ਸਾਡੇ ਪ੍ਰੋਡਕਟਾਂ ਦਾ ਗਲਤ ਇਸਤੇਮਾਲ ਹੋ ਰਿਹਾ ਹੈ ਮੈਂ ਬਾਈ ਹੁਣ ਕੱਪੜੇ ਚੇਂਜ ਕਰ ਲਏ ਹੋਏ ਆ ਮੰਮੀ ਮੈਂ ਕੱਲ ਨੂੰ ਇੱਕ ਹੋਰ ਪ੍ਰੈਂਕ ਕਰਨਾ ਵਾ ਕੱਲ ਨੂੰ ਆਹ ਆਰਓ ਦੇ ਵਿੱਚ ਆਪਾਂ ਪਾਵਾਂਗੇ ਹੋਰ ਰੰਗ ਮਜ਼ਾਕ ਕਰਦਾ ਚਲੋ ਬਾਈ ਮੈਂ ਹੁਣ ਚੱਲਿਆ ਵਾਂ ਟੈਂਕੀ ਸਾਫ਼ ਕਰਨ ਇਹ ਕੰਮ ਪਤਾ ਨੀ ਕਿੱਥੇ ਹੋਣਾ ਵਾ ਟੈਂਕੀ ਸਾਫ਼ ਕਰਨੀ ਨੀ ਕਰ ਦਿੰਦਾ ਹੁਣ ਮੈਂ ਕਰੀ ਜਾਂਦਾ ਦੇਖ ਲਓ ਠੀਕ ਆ ਮੈਂ ਜਾਣਾ ਕਰ ਦਿੰਦਾ ਮਿੰਟ ਲੱਗਣਾ ਹਾਂਜੀ ਟੈਂਕੀ ਸਾਫ਼ ਕਰਨ ਕਰਨ ਨੀ ਦਿੰਦੇ ਯਾਰ ਹੁਣ ਸਾਫ਼ ਤੁਹਾਡੇ ਸਾਹਮਣੇ ਆ
ਚਲੋ ਬਾਈ ਇਹ ਸੀ ਆਪਣਾ ਅੱਜ ਦਾ ਵਲੋਗ, ਵਲੋਗ ਸੀ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ। ਆਪਾਂ ਮਿਲਦੇ ਹਾਂ ਅਗਲੇ ਘੈਂਟ ਜਿਹੇ ਵੀਡੀਓ ਦੇ ਨਾਲ। ਥੈਂਕ ਯੂ ਸੋ ਮੱਚ।